सत श्री अकाल जी। जिवें कि आपां सारयां ने वेख्या, अज एक नौजवान की हत्या हुई, उन्हें गोली मार ली, या जो भी उहदे मां प्यो कह रहे आ। तुसीं वेख्या किस तरीके नाल संजय पोपली जी दे बेटे ने अज जिहड़ी दर्दनाक हादसा होया, इहदे ते कोई राजनीति नहीं करनी बनदी। बिल्कुल सही गल, लाशां दे उत्ते राजनीति करनी माड़ी, लेकिन जिन्ना जदों सरकार दा कोई घिरदी आ ना, ते ओह इहनूं राजनीति दा नाम दे दिंदी आ। एक नौजवान दी इस तरीके नाल मौत हो जाणी, बतौर पंजाब यूथ कांग्रेस प्रधान साडा फर्ज बनदा वा वी असीं इह मुद्दिआं दे उत्ते बोलीए। साडा इह फर्ज बनदा वी इह गल्लां नूं जिहड़े सवाल खड़े हुंदे आ लोकां तक जाइए, ताकि लोकी इस चीज तों, होर बहुत नौजवान आ जिहड़े इस चीज तों सिख के इस चीज बारे, इस इंसीडेंट बारे, इस एक्सीडेंट बारे, इस हत्या बारे, इस मौत बारे समझ सकन, और इस चीज नूं ना होवे समाज दे विच। आम आदमी पार्टी की जिहड़ी नीतियां, मैनूं कहण च कोई गुरेज नहीं, हर चीज नूं पबलिसाइज कर, हर चीज नूं इवेंट बना के पेश करते हैं, लोकां दे मना दे नाल इस तरीके नाल खेड़दे आ, लोकां दी परसैप्शन नूं जितन वास्ते कि किसी अफसर नूं जे अरेस्ट करदे आ ते उहनूं हाईलाइट इस तरीके नाल करदे आ। करप्शन दे खिलाफ हां, तुसीं अफसर फड़ने अफसर फड़ो, तुसीं मंत्री फड़ने मंत्री फड़ो, लेकिन घट्टो घट उहनां दे परिवारां नूं तां बख्शो, उहनां नूं पब्लिकली तुसीं जलील इस तरीके नाल करदे हो। ਤੁਸੀਂ ਇਸ ਤਰੀਕੇ ਦਾ ਮੈਸੇਜ ਦਿੰਦੇ ਹੋ ਵੀ ਜਿਵੇਂ ਉਹ ਬੰਦਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਦੇ ਜਿਹੜਾ ਇੰਪੈਕਟ ਪੈਂਦਾ ਵਾ, ਉਸ ਚੀਜ਼ ਬਾਰੇ ਵੀ ਸਹਾਨੁਭੂਤੀ ਰੱਖੋ। ਬੱਚੇ ਦਾ ਕੋਈ ਕਸੂਰ ਨਹੀਂ ਸੀ, ਅਗਰ ਉਹਦੇ ਫਾਦਰ ਨੇ ਕਰਪਸ਼ਨ ਕੀਤੀ ਆ, ਨੌਜਵਾਨ ਦਾ ਕੋਈ ਕਸੂਰ ਨਹੀਂ ਆ, ਉਹਦੀ ਜ਼ਿੰਦਗੀ ਸਾਰੀ ਪਈ ਆ। ਤੁਹਾਡਾ ਇੱਕ ਮੰਤਰੀ ਬਿਆਨ ਦਿੰਦਾ ਧਾਲੀਵਾਲ ਵੀ ਮਾਂ ਪਿਓ ਦੇ ਆਪਣੇ ਪਿਓ ਦੇ ਕਰਮਾਂ ਦਾ ਫਲ ਭੁਗਤ ਰਿਹਾ, ਫਿਰ ਆਪਾਂ ਮਤਲਬ ਆਪਾਂ ਉਹ ਸਾਰੇ ਪਰਿਵਾਰ ਨੂੰ ਹੀ ਨਖੇੜ ਕੇ ਰੱਖ ਦਈਏ। ਮਸਲਾ ਕਰਪਸ਼ਨ ਨੂੰ ਖਤਮ ਕਰਨ ਦੇ ਵਿੱਚ ਤੁਹਾਡੇ ਨਾਲ ਆ, ਤੁਹਾਡੇ ਨਾਲ ਸਾਥ ਦੇਵਾਂਗੇ, ਲੇਕਿਨ ਤੁਸੀਂ ਆਪਣੀ ਰਾਜਨੀਤੀ ਤੁਸੀਂ ਕਰਦੇ ਹੋ ਲਾਸ਼ਾਂ ਦੇ ਉੱਤੇ, ਤੁਸੀਂ ਰਾਜਨੀਤੀ ਕਰਦੇ ਹੋ ਹਰ ਚੀਜ਼ ਦੇ ਉੱਤੇ, ਤੁਸੀਂ ਉਸ ਚੀਜ਼ ਨੂੰ ਇੰਨਾ ਵੱਡਾ ਵਧਾ ਚੜਾ ਕੇ ਬਣਾ ਕੇ ਮਸਲਿਆਂ ਨੂੰ ਬਣਾਉਂਦੇ ਹੋ ਵੀ ਕੱਲ ਨੂੰ ਸਾਡੀ ਸਰਕਾਰ ਦੇ ਉੱਤੇ ਤੁਸੀਂ ਕੀ ਕਹਿੰਦੇ ਹੋ, ਕਾਂ ਫੜ ਕੇ ਟੰਗ ਦੇਣਾ। ਅੱਜ ਇੱਕ ਕਾਂ ਤਾਂ ਤੁਸੀਂ ਟੰਗਤਾ, ਨਾਲ ਉਹਦੇ ਬੱਚਿਆਂ ਦਾ ਵੀ ਕਿਤੇ ਜੋ ਹਾਲਾਤ ਹੋਏ ਆ, ਇਹਦੇ ਜ਼ਿੰਮੇਵਾਰ ਵੀ ਤੁਸੀਂ ਹੋ। ਇੱਕ ਜਾਨ ਗਈ ਆ, ਉਸ ਜਾਨ ਦੀ ਸ਼ਾਇਦ ਤੁਹਾਡੇ ਵਾਸਤੇ ਕੋਈ ਕੀਮਤ ਨਹੀਂ ਆ, ਲੇਕਿਨ ਬਤੌਰ ਨੌਜਵਾਨ ਅਸੀਂ ਉਸ ਦਾ ਦਰਦ ਵੀ ਸਮਝਦੇ ਹਾਂ, ਔਰ ਉਸ ਚੀਜ਼ ਨੂੰ ਲੋਕਾਂ ਦੇ ਵਿੱਚ ਵੀ ਇਹ ਕਹਿੰਦੇ ਹਾਂ ਵੀ ਹੋਰ ਨੌਜਵਾਨ ਵੀ ਸਿੱਖਣ, ਭਾਵੇਂ ਕੀ ਕਾਰਨ ਰਹੇ ਹੋ, ਲੇਕਿਨ ਨੌਜਵਾਨ ਦਾ ਕੋਈ ਗਲਤੀ ਨਹੀਂ ਸੀ। ਅਗਰ ਉਹਦੇ ਫਾਦਰ IAS ਅਫਸਰ ਸੀ, ਸਾਰੀ ਉਮਰ ਇੱਕ ਸਰਵਿਸ ਵਿੱਚ ਰਹੇ ਸੀ, ਤੇ ਉਹ ਨੌਜਵਾਨ ਦੀ ਜੋ ਉਹਦੀ ਕਿਸਮਤ ਚ ਉਹਨੂੰ ਲਿਖਿਆ ਸੀਗਾ, ਉਹਨੂੰ ਮਿਲਿਆ, ਉਹਨੂੰ ਅਗਰ ਪ੍ਰਿਵਲੇਜ ਲਾਈਫ ਮਿਲੀ, ਤੇ ਉਹਦੇ ਨਾਲ ਕਿਸੇ ਨੂੰ ਸੜਨਾ ਨਹੀਂ ਚਾਹੀਦਾ। ਨੌਜਵਾਨ ਨੇ ਨਹੀਂ ਡਿਸਾਈਡ ਕੀਤਾ ਸੀ ਮੈਂ ਕਿੱਥੇ ਜੰਮੂਗਾ, ਲੇਕਿਨ ਅੱਜ ਅਗਰ ਉਹਦੀ ਮੌਤ ਹੋਈ ਆ, ਉਹਦੇ ਜ਼ਿੰਮੇਵਾਰ ਕੌਣ ਲੋਕ ਆ, ਉਹਦੀ ਅਗਰ ਅੱਜ ਉਹਨੇ ਗੋਲੀ ਮਾਰੀ ਆ, ਇਹਦੇ ਵਾਸਤੇ ਆਪਾਂ ਨੂੰ ਡਿਸਾਈਡ ਕਰਨਾ ਪਊਗਾ। ਇਹ ਸਰਕਾਰ ਦੀ ਨੀਤੀਆਂ, ਆਮ ਆਦਮੀ ਪਾਰਟੀ ਦੀ ਸੋਚ, ਆਮ ਆਦਮੀ ਪਾਰਟੀ ਦੀ ਜਿਹੜੀ ਆ ਹਰ ਚੀਜ਼ ਨੂੰ ਪਬਲਿਸਾਈਜ਼ ਕਰਨ ਦੀ ਜਿਹੜੇ ਹਾਲਾਤ ਆ, ਕਿਸੇ ਨੂੰ ਵੀ ਫੜ ਕੇ ਤੁਸੀਂ ਲੋਕਾਂ ਦੇ ਵਿੱਚ ਇੱਕ IAS ਅਫਸਰ ਫੜ ਲਿਆ, ਇੱਕ ਮੰਤਰੀ ਫੜ ਲਿਆ, ਤੁਸੀਂ ਪ੍ਰੈਸ ਰਿਲੀਜ਼ਾਂ ਕੱਢਦੇ ਹੋ ਇਸ ਚੀਜ਼ ਦੀਆਂ, ਆਪਣੀ ਅਚੀਵਮੈਂਟਾਂ ਦੱਸ ਦਿਓ, ਅਚੀਵਮੈਂਟ ਕਰਪਸ਼ਨ ਜਿਸ ਦਿਨ ਖਤਮ ਹੋਊਗੀ ਜ਼ਰੂਰ ਦੱਸਿਓ, ਜਿਸ ਦਿਨ ਕਰਪਸ਼ਨ ਲੋਕਾਂ ਦੇ ਵਾਸਤੇ ਜ਼ਿੰਦਗੀਆਂ ਦੇ ਵਿੱਚ ਸੁੱਖ ਜਿਹੜਾ ਲੋਕਾਂ ਨੂੰ ਦੇਣਾ ਚਾਹੁੰਦੇ ਹੋ, ਜਿਸ ਦਿਨ ਕਰਪਸ਼ਨ ਹਟੂਗੀ ਲੋਕਾਂ ਨੂੰ ਮਿਲੂਗਾ, ਲੇਕਿਨ ਇਹ ਜਿਹੜੀ ਤੁਹਾਡੀ ਪਬਲਿਸਿਟੀ ਸਟੰਟ ਆ, ਜਿਹੜੀ ਤੁਸੀਂ ਹਰ ਚੀਜ਼ ਨੂੰ ਪਬਲਿਸਾਈਜ਼ ਕਰਕੇ ਵਧਾ ਚੜਾ ਕੇ ਆਪਣੀ ਅਚੀਵਮੈਂਟ ਔਰ ਆਪਣੇ ਵੋਟਾਂ ਲੈਣ ਵਾਸਤੇ, ਤੁਸੀਂ ਹਿਮਾਚਲ ਵੋਟਾਂ ਲੈਣੀਆਂ ਤੁਸੀਂ ਲਓ, ਲੇਕਿਨ ਪਬਲਿਸਿਟੀ ਦੇ ਕੋਸਟ ਦੇ ਉੱਤੇ ਆ ਜ਼ਿੰਦਗੀਆਂ ਬਾਰੇ ਵੀ ਸੋਚੋ। ਤੁਸੀਂ ਜਿਹੜੀ ਮੈਂਟਲ ਹਰਾਸਮੈਂਟ ਉਸ ਪਰਿਵਾਰ ਨੂੰ ਕੀਤੀ, ਤੁਹਾਡੇ ਅਫਸਰਾਂ ਨੇ ਜਾ ਕੇ ਕਿਸ ਤਰੀਕੇ ਨਾਲ, ਉਹਨਾਂ ਦੇ ਪਰਿਵਾਰ ਦਾ ਕੋਈ ਕਸੂਰ ਨਹੀਂ ਸੀ, ਅਸੀਂ ਵਾਰ ਵਾਰ ਕਹਿ ਰਹੇ ਹਾਂ ਅਫਸਰ ਕਰਪਟ ਸੀ, ਅਗਰ ਗਲਤ ਆ ਤੇ ਕੋਰਟ ਸਜ਼ਾ ਦੇਣਗੇ, ਪਬਲਿਕ ਟ੍ਰਾਇਲ ਨਹੀਂ ਕਰਨਾ ਸੀ, ਪਬਲਿਕ ਟ੍ਰਾਇਲਸ ਦੇ ਖਿਲਾਫ ਆ, ਫਿਰ ਤਾਂ ਆਪਾਂ ਜੰਗਲ ਰਾਜ ਵਿੱਚ ਆ ਗਏ। ਇਹ ਪਬਲਿਕ ਟ੍ਰਾਇਲ ਬੰਦ ਕਰੋ, ਕਿਸੇ ਨੂੰ ਫੜਦੇ ਹੋ, ਕਿਸੇ ਨੂੰ ਕੇਸ ਦਿੰਦੇ ਹੋ, ਲੋਕੀ ਵੀ ਉਹਨੂੰ ਦਵਾਦਾਰ ਦੋਸ਼ੀ ਕਰਾਰ ਦੇ ਦਿੰਦੇ ਆ। ਅਸੀਂ ਵੀ ਇਸ ਸਿਸਟਮ ਦਾ ਹਿੱਸਾ ਵਾ, ਅਸੀਂ ਵੀ ਇਹਦੇ ਕਸੂਰਵਾਰ ਆ, ਅਸੀਂ ਵੀ ਸ਼ਾਇਦ ਇਹੀ ਸਭ ਕੁਝ ਕੀਤਾ ਹੋਊਗਾ, ਲੇਕਿਨ ਆਹ ਕੋਈ ਤਰੀਕਾ ਨਹੀਂ ਆ। ਜਦੋਂ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ, ਉਹਦੇ ਤੇ ਦੁੱਖ ਲੱਗਦਾ ਵਾ,
और ये नौजवान की जिंदगी बचाई जा सकती सी। अज एक गई आ, कल कोई होर नौजवान सुसाइड करूंगा या कोई होर किसी दौत होगी। ये चीजा बारे सोचना विचारना पेगा। वे सवाल खड़े होंगे कि आम आदमी पार्टी की जी पबलिसिटी करने का स्टाइल आ, अखबारों वड्डियां वड्डियां एड, हर चीज न इस तरीके वधा चढ़ा के दसना। तुम करप्शन के खिलाफ हो, करप्ट बंदियां करो, लेकिन उन्होंने परिवार क्यों खमियाजे भुगत। और अगर तुम कहोगे भी क्योंकि उन्होंने इस चीज का हर कोई अपने मां प्यो न खड़ता, जिहड़ा किसी का मां प्यो गलत नहीं हुंदा, बच्चे का फर्ज अपने मां प्यो दे नाल खड़ना। कोई फांसी थोड़ा ला देनी कोई उन्होंने, तुम लोगों का सोशल बॉयकॉट कर सकते, बच्चे थोड़ा सोशल बॉयकॉट करेंगे उवें जिवें बच्चों के नाल मां प्यो खड़ते। समाज के बुराइयां है, लेकिन बुराइयां का अंत आ नहीं होना चाहिए। ऐ करके परिवार का परिवार रोलता, परिवार बर्बाद करता, और ये वास्ते जिम्मेवारी भावें अफसर की फिक्स करो, भावे वह लोगों ने जिन्होंने मैंटली हरास किया उन्होंने करो, और आम लोगों भी सोचना चाहिए। असं वह चीजा ना सैलीब्रेट करिए जिन्हों का शायद साड़ी जिंदगियों के कोई फर्क नहीं पैदा। अज एक नौजवान की मौत हुई है, वह दुख आ, और इस करके गल कर रहे हैं ताकि ये चीजा अगे तो ना हो। इस चीज के उत्ते कोई वोटा नहीं लेना चाहते, लेकिन इस करके गल बोलते हैं ताकि ये चीजा अगे तो ना हो। यह साड़ी अपील आ हर भगवंत मान सरकार भी, अफसर भी, कि हर परिवार को उन्हां दी सजा ना दो। घट्टो घट्ट नौजवान जाना नहीं जानना चाहिए।